ਸਵੇਰ ਦਾ ਕੰਮ ਭਾਬੀ ਨੇ ਵੀ ਸਾਰਾ ਕਰ ਲਿਆ, ਨਾਸ਼ਤਾ ਵਗੈਰਾ ਆਪਣਾ ਆਪ ਹੀ ਸਫਾਈਆਂ ਕਰ ਲਈਆਂ, ਮੈਂ ਵੀ ਕਰ ਲਈਆਂ ਵਾ। ਅਤੇ ਹੁਣ ਮੈਂ ਵਿਹਲੀ ਸੀਗੀ, ਭਾਬੀ ਨਾਲ ਕੱਲ੍ਹ ਸ਼ੋਪਿੰਗ ਕਰਕੇ ਲਿਆ ਕੇ ਆਏ ਆ, ਅਤੇ ਦੇਖਦੇ ਹਾਂ ਇੱਕ ਵੀਡੀਓ ਤੱਕ। ਰਾਤੀ ਭਾਬੀ ਨੇ ਆਪਣੇ ਕੱਪੜਿਆਂ ਦੀ ਅਪਲੋਡ ਕੀਤੀ ਆ, ਲੇਕਿਨ ਹੁਣ ਬੱਚਿਆਂ ਦੇ ਕੱਪੜੇ ਵੀ ਮਿਲ ਰਹੀਆਂ, ਦਿਖਾਲਦੇ ਹਾਂ ਕਿਉਂਕਿ ਈਦ ਵੀ ਆ ਰਹੀ ਆ। ਔਰ ਅਗਰ ਪੇਪਰ ਹੋਏ ਨਾ ਵਿੱਚ ਬੱਚਿਆਂ ਦੇ, ਫਿਰ ਤਾਂ ਬੱਚੇ ਸ਼ਾਦੀ 'ਤੇ ਨਹੀਂ ਜਾਣਗੇ, ਇੱਥੇ ਰਹਿਣਗੇ ਸਾਡੇ ਕੋਲ। ਅਤੇ ਅਗਰ ਜਿਹੜਾ ਨਾ ਪੇਪਰ ਹੋ ਗਏ ਹੋਏ, ਫਿਰ ਬੱਚੇ ਬੜੇ ਵੀ ਨਾਲ ਜਾਣਗੇ। ਅਤੇ ਜਿੱਦਾਂ ਸਕੂਲ ਸਹੀ ਪੜ੍ਹਦਾ ਵਾ? ਹਾਂਜੀ। ਸਾਹਮਣੇ ਛੋਟੇ ਬੱਚੇ ਦੀ ਦਿਖਦੀ, ਮਤਲਬ ਬੱਚਾ ਜ਼ਹੀਨ ਆ, ਸਾਰੇ ਕੱਪੜੇ ਖੋਲ ਕੇ ਰੱਖਦੇ ਆ ਵੀ ਇਹਨਾਂ ਜਿਹਨਾਂ ਕਿਹੜਾ ਪਸੰਦ ਆਉਂਦਾ। ਇਹ ਤਾਂ ਭਾਬੀ ਨੂੰ ਪਤਾ ਨਾ ਵੀ ਕਿਹੜਾ ਕਿਹੜਾ ਕੱਪੜਾ ਕਿੰਨਾ ਕਿੰਨਾ ਲੱਗਣਾ, ਕਿਹੜੇ ਕਿਹੜੇ ਬੱਚੇ ਕਿਹਦਾ ਕਿੱਦਾਂ ਵਾ। ਤੇ ਹੁਣ ਫਰਹਾਨ ਅਲੀ ਨੂੰ ਪਹਿਲੇ ਕਰਾਉਂਦੇ ਆ ਪਸੰਦ, ਇਹਨਾਂ ਚੋਂ ਪਸੰਦ ਕਰ ਮੇਰਾ ਪੁੱਤ ਕਿਹੜੇ ਕੱਪੜੇ। ਸਭ ਤੋਂ ਚੰਗੇ ਸੂਟ ਤੂੰ ਪਸੰਦ ਕਰ ਲੈ, ਦੂਸਰੇ ਇਧਰ ਲਿਆਂਦਾ ਮਹਿੰਗਾ ਬਣਾ 2300 ਰੁਪਏ ਦਾ ਸੂਟ ਸੀ, ਬੱਚੇ ਦਾ ਨਾਲ ਲਾ ਫੇਰ ਸੀ ਦਿੰਦਾ ਪੂਰਾ ਸੂਟ ਨਾ ਬੜਾ ਪਾਈ ਰੱਖਿਆ ਮੈਂ ਯਾਰੀ ਦਿਨ ਆਉਣਾ ਤੂੰ ਸਾਨੂੰ 4 ਮੀਟਰ ਦਾ ਸੂਟ ਨਹੀਂ ਆਉਂਦੀ, ਫਿਰ 2 ਮੀਟਰ ਦਾ ਬੱਚੇ ਦਾ ਬਣ ਜਾਂਦਾ, 2 ਮੀਟਰ ਉਹਨੇ ਆਖਿਆ 2 ਮੀਟਰ ਸਾਡਾ ਜਿਹੜਾ ਬੇਕਾਰ ਜਾਣਾ ਸਾਡਾ, ਜਦੋਂ 2 ਮੀਟਰ ਲਾ ਦਿੱਤਾ ਤੇ ਸੂਟ ਦੇ ਇਹਨਾਂ ਦੋਨਾਂ ਦੇ ਬਣ ਗਏ ਨਾ। ਤੇ ਬੱਚਿਆਂ ਦੇ ਸੂਟ ਲਿਆ ਵੀ ਮੈਂ ਸ਼ਾਨ ਵਾਸਤੇ, ਰੰਗ ਸੋਹਣਾ।
एक एक इना दोवां दा त्याह बन जूगा ना ਨਹੀਂ ਨਾਲੇ ਕਹਿੰਦੀ ਆ ਦੋ ਪੂਰਾ ਪੂਰਾ ਸੂਟ ਆ ਵੱਡਿਆਂ ਦੋਨਾਂ ਦਾ ਬਣ ਜਾਣਾ ਵੱਡਿਆਂ ਦੋਵਾਂ ਦੇ ਨਹੀਂ ਇੱਕੋ ਜਿਹੇ ਬਣਾਉਣੇ ਮੈਂ ਕਿਹਾ ਸੀ ਰਿਹਾਨ ਦਾ ਤੇ ਫਰਹਾਨ ਅਲੀ ਦਾ ਬਣਾਵਾਂਗੇ ਨਾ ਅੱਛਾ ਅੱਛਾ ਇੱਕ ਸ਼ਾਨ ਅਲੀ ਦਾ ਤੇ ਇਹਦੇ ਨਾਲੋਂ ਇੱਕ ਇਹਦਾ ਸ਼ਾਨ ਅਲੀ ਦਾ ਬਣ ਜਾਏ ਇਹਦਾ ਬਣ ਜਾਂਦੇ ਤਿੰਨ ਬਣ ਜਾਂਦੇ ਤੇ ਉਹਨਾਂ ਦੇ ਦੋ ਬਣ ਜਾਂਦੇ ਇਹ ਬਹੁਤੇ ਕੱਪੜੇ ਖਰਾਬ ਕਰਦਾ ਨਾਲੇ ਇਹਦੇ ਤਾਂ ਸ਼ਾਦੀ ਦਾ ਪੱਕਾ ਨਾ ਦੂਸਰਿਆਂ ਦੇ ਹਲੇ ਪੇਪਰਾਂ ਦਾ ਵੀ ਹਿਸਾਬ ਲੋ ਫਿਰ ਅੱਗੋਂ ਮੈਂ ਗਰਮੀਆਂ ਨੂੰ ਫਿਰ ਲੈ ਲੈਂਦਾ ਹਾਂ ਫਿਰ ਫਸਲ ਫਸਲ ਚੁੱਕੀ ਨਾ ਮੇਰੇ ਕੋਲ ਇਹਨਾਂ ਦੇ ਕੱਪੜੇ ਲੈ ਲੈਣੇ ਪੈਣੇ ਨੇ ਫਿਰ ਨਹੀਂ ਇਹ ਤਾਂ ਬਸ ਸ਼ਾਦੀ ਦੀ ਤਿਆਰੀ ਆ ਹਲੇ ਗਰਮੀਆਂ ਦੇ ਅਸੀਂ ਲੈਣੇ ਆ ਨਾ ਈਦ ਦੇ ਕਿੰਨੇ ਮਤਲਬ ਇਹ ਸ਼ਾਨ ਫਰਹਾਨ ਵਾਲੀ ਕਿੰਨਾ ਸੋਹਣਾ ਇਹ ਸ਼ਾਨ ਭਾਈ ਦਾ ਇਹ ਤਾਂ ਅੱਲਾ ਪਾਲੇ ਨਸੀਬ ਕਰੇ ਬੱਚਿਆਂ ਨੂੰ ਆ ਮੇਰੇ ਪੁੱਤ ਆ ਕਿਹੜੇ ਕੰਮ ਲੱਗੇ ਇੱਧਰ ਆ ਜਾਓ ਕੱਪੜੇ ਨਾ ਗਿੰਦੇ ਕਰਿਓ ਹੁਣ ਬੱਚੇ ਅੱਜ ਟਿਊਸ਼ਨ ਨਹੀਂ ਗਏ ਐਤਵਾਰ ਸੀ ਅਤੇ ਘਰ ਹੀ ਖੇਲੇ ਲੱਗੇ ਆ ਸੁਬਹ ਸੁਣ ਖੇਲ ਲਿਆ ਸੀ ਅਤੇ ਹੁਣ ਬਸ ਕਰੋ ਸੁਬਹ ਤੇਰੇ ਤਾਂ ਬਹੁਤ ਰੰਬਾ ਲੈ ਕੇ ਆਈ ਹਾਂ ਮੈਂ ਕਿਹਾ ਸੀ ਪਿਆਜ਼ਾਂ ਨੂੰ ਨਾ ਵਿੱਚ ਵਿੱਚ ਬੂਟੀ ਆ ਅਤੇ ਇਹਨਾਂ ਨੂੰ ਗੋਡੀ ਕਰਨੀ ਤੇਰੇ ਨਹੀਂ ਕੰਮ ਨਹੀਂ ਫਿਰ ਮੈਨੂੰ ਨਾ ਉੱਥੇ ਦੋ ਪਾਏ ਸੀ ਨਹੀਂ ਉੱਥੇ ਦੋ ਕੋਈ ਨਹੀਂ ਸੀ ਇੱਕੋ ਸੀ ਮੈਂ ਲੈ ਆਈ ਜਿਹੜਾ ਫਿਰ ਮੈਂ ਛੋਟੀ ਜਿਹੀ ਗੋਡੀ ਕਰ ਲਾ ਨਹੀਂ ਪੁੱਤ ਪਿਆਜ਼ ਕੁੱਟੇਂਗਾ ਤੂੰ ਰਾਂਧਣੇ ਤੇਰੇ ਕੰਮ ਨਹੀਂ ਲੈ ਫੜ ਇੱਕੋ ਦਫ਼ਾ ਕਰਕੇ ਦੇਖ ਲਾ ਰਾਂਧ ਨੇ ਪੁੱਤ ਨਹੀਂ ਪਰੇ ਪਰੇ ਜੀ ਜਿਹੜਾ ਕੰਮ ਕਰਨ ਲੱਗੋ ਫਿਰ ਖਾਣ ਵਾਲੀ ਕਹਿੰਦੇ ਮੰਮਾ ਜੀ ਮੈਂ ਵੀ ਕਰਾਂ ਹਾਂ ਇਹਦਾ ਪਹਿਲਾ ਨੰਬਰ ਹੀ ਹੁੰਦਾ ਦੇਖਾਂਗੇ ਨਾ ਹੁਣ ਸਕੂਲੋਂ ਪਹਿਲਾ ਨੰਬਰ ਆਉਂਦਾ ਹੈ ਨਾ ਹੈ ਨਾ ਚੋਣਾ ਕਹੀਦਾ ਇਨਸ਼ਾਅੱਲਾ ਕਿੱਦਾਂ ਕੀ ਕਹੀਦਾ ਇਨਸ਼ਾਅੱਲਾ ਹਾਂਜੀ ਇਨਸ਼ਾਅੱਲਾ ਪਹਿਲਾ ਨੰਬਰ ਹੀ ਹੋਊਗਾ ਕਰ ਬਸ ਕਰੋ ਹੁਣ ਚੋਣਾ ਬਸ ਕਰੋ ਕੱਪੜੇ ਦਿੰਦੇ ਹੁੰਦੇ ਨਾ ਤੇਰੇ ਕੰਮ ਜਾਣ ਗਈ ਸੀ ਸਾਰੇ ਖੜਾ ਕਰਕੇ ਕਹਿੰਦਾ ਵੀ ਫੇਰ ਹੋ ਗਿਆ ਮਾਮਾ ਨੇ ਫਰਾਂ ਲਿਆ ਦੇਖੀ ਕਿੰਨੀ ਸੋਹਣੀ ਗੋਡੀ ਕੀਤੀ ਆ ਆ ਸਾਰੀ ਲੈ ਮਾਈ ਉਹ ਉੱਧਰ ਜੁੱਟ ਪਿਆ ਸਾਰਾ ਕੰਮ ਖਰਾਬ ਕਰੀ ਜਮਾ ਤੂੰ ਹਾਂ ਤੂੰ ਨੀ ਸਹੀ ਕਰਨਾ ਕੀ ਕਰ ਰਿਹਾ
ਨਾ ਮਾਈ ਇਧਰੋਂ ਲੱਗ ਪੈਣਾ ਬਸ ਕਰ ਓਏ ਹੁਣ ਫਰਾਂ ਤੂੰ ਟੋਏ ਕੱਢ ਦੇਣੇ ਹਰ ਜਗ੍ਹਾ ਦੇ ਇੱਕੋ ਪਰਲੀ ਨੂੰ ਕਰਦੇ ਵੀ ਮਾਰ ਗਿਆ ਆ ਤੇ ਕਾ ਮਾਰ ਗਿਆ ਟਿਆ ਬਾਤ ਕਰ।